ਕਹਿੰਦਾ ਉਹ ਵੀ ਕੰਮ ਤੇ ਗਈ। ਅੱਛਾ, ਮੈਂ ਕਿਹਾ ਉਹ ਕਾਹਦੇ ਚ ਜਾਂਦੀ ਆ? ਕਹਿੰਦਾ ਨੂੰ ਗੋਰਾ ਫਲਾ ਕੇ ਮੋੜ ਤੋਂ ਚੱਕ ਲੈਂਦਾ। ਬੇਬੇ ਨੇ ਪੈਰੀਆਂ ਥੱਲਾ ਦੀਏ, ਚੰਦਰਿਆ ਮੇਰੀ ਬੇਬੇ ਨੂੰ ਮਿਲ ਲੈਣਾ ਸੀ। ਕਹਿੰਦਾ ਬੇਬੇ ਵੀ ਕੰਮ ਤੇ ਗਈ। ਹਾਏ, ਬੇਬੇ ਵੀ ਕੰਮ ਤੇ ਲਾ ਦੀ? ਕਹਿੰਦਾ ਇੱਥੇ ਸਾਰੇ ਬੰਦੇ ਨੂੰ ਕੰਮ ਕਰਨਾ ਪੈਂਦਾ। ਅੱਛਾ, ਮੈਂ ਕਿਹਾ ਪੰਜਾਬ ਦੀ ਕੁੜੀ ਨੂੰ ਮੰਜੇ ਤੋਂ ਪੈਰ ਨਹੀਂ ਭੁੰਜੇ ਲੈਣ ਦਾ, ਬੇਬੇ ਵੀ ਕੰਮ ਤੇ ਦੋ। ਹੱਦ ਹੋ ਗਈ। ਮੈਂ ਕਿਹਾ ਉਹ ਕਾਹਦੇ ਚ ਜਾਂਦੀ ਆ? ਕੀ ਕਹਿੰਦਾ? ਕਹਿੰਦਾ ਉਹਨੂੰ ਗੁਆਂਢੀਆਂ ਦਾ ਮੁੰਡਾ ਘਰੋਂ ਹੀ ਚੱਕ ਲੈਂਦਾ। ਮੈਂ ਕਿਹਾ ਬਈ ਤੂੰ ਕੀ ਕਰਦਾ? ਹੋਰ ਕੀ ਕਹਿੰਦਾ? ਕਹਿੰਦਾ ਮੈਂ ਲੱਕੜ ਵਾਲੀ ਫੈਕਟਰੀ ਚ ਫੱਟੇ ਚੱਕਦਾ। ਮੈਂ ਕਿਹਾ ਤੁਰ ਫੇਟੇ ਮੁੰਡੇ, ਸੋਰੀ ਦਾ ਸਾਰੀਆਂ ਜਨਾਨੀਆਂ ਲੋਕ ਚੱਕੀ ਫਿਰਦੇ, ਤੂੰ ਕਾਹਦੇ ਫੱਟੇ ਚੱਕਦਾ? ਫਿਰ ਮੇਰਾ ਚਿੱਤ ਨਹੀਂ ਲੱਗਿਆ। ਮੈਂ ਕਿਹਾ ਇਹੋ ਜਿਹੇ ਲੋਕ ਕਿਤੇ ਮਿਲਣੇ ਆ ਸਾਡੇ ਤੱਕ? ਕਿਵੇਂ ਬੇਚਾਰੇ ਥੱਲਾ ਥੱਲੇ ਲਾਈ ਬੈਠੇ? ਇਹ ਮੇਰੇ ਸਰੋਤੇ ਆਪਣੇ ਸੰਤੇ ਜਿਉਂਦੇ ਰਹੋ, ਜਵਾਨੀਆਂ ਮਾਣੋ, ਤੁਹਾਡੇ ਕਰਕੇ 40 ਸਾਲ ਹੋ ਗਏ ਤੁਰੇ ਫਿਰਦੇ ਆ। ਖੁਸ਼ੀਆਂ ਤਾਂ ਖਤਮ ਹੋ ਗਈਆਂ, ਜ਼ਿਮੀਂਦਾਰਾਂ ਨੇ ਤਾਂ ਰੱਬ ਵੀ ਵੈਰੀ ਆ ਸੱਚੀ। ਪੈਸੇ ਦੁਕਾਨ ਚ ਬੜਿਆ। ਮੈਂ ਕਿਹਾ ਚੱਲ ਤੇਰੇ ਵਾਸਤੇ ਆ ਸੁਰਖੀ ਪਾਊਡਰ, ਬੀਬੀਆਂ ਦਾ ਨਿੱਕ ਸੁੱਖ ਕਾਫੀ ਹੁੰਦਾ। ਤੇ ਮੈਂ ਹਜੇ ਆਰਡਰ ਮਾਰ ਨਹੀਂ ਲੱਗਿਆ ਸੀ। ਅੱਛਾ, ਐਡਾ ਗੋਰਾ ਕਾਲਾ ਆਇਆ ਗੋਰਾ, ਮੈਨੂੰ ਪਿੱਛੇ ਜੇ ਕਰਕੇ ਪਹਿਲਾਂ ਹੀ ਦੁਕਾਨਦਾਰ ਨੂੰ ਆਰਡਰ ਮਾਰੇ ਕੀ? ਕਹਿੰਦਾ ਪਲੀਜ਼ ਗਿਵ ਮੀ 700 ਰੁਪਈਆ। ਹਾਏ ਹਾਏ, 7 ਕੱਛੇ! ਮੈਂ ਕਿਹਾ ਹੱਦ ਕਰਦੀ ਯਾਰ, ਕੱਲਾ ਕਰ ਬੰਦਾ, ਇਹਨੇ 7 ਕੱਛੇ ਕਰਨੇ ਕੀ? ਸੋਚਣ ਵਾਲੀ ਗੱਲ ਆ। ਮੈਂ ਗੋਰੇ ਦੀ ਬਾਹ ਫੜ ਕੇ ਗਲੀ ਵਿੱਚ ਨੂੰ ਲੈ। ਕਿਉਂ? ਇਹ ਮੈਂ ਕਿਹਾ ਗੋਰਾ ਜੀ, ਇਹ ਤੁਸੀਂ 700 ਰੁਪਈਆ ਕੀ ਕਰਨੇ? ਗੋਰਾ ਕੀ ਕਹਿੰਦਾ? ਗੋਰਾ ਕਹਿੰਦਾ 1 for Sunday, 2 for Monday, 3 for Tuesday, 4 for Wednesday। ਇਹਦਾ ਮਤਲਬ ਭੰਨਿਆ ਭਾਈ, ਗੋੜੇ ਇੰਨੀ ਸਫਾਈ ਰੱਖਦੇ ਆ, ਹਫਤੇ ਵਿੱਚ ਜਿੰਨੇ ਦਿਨ ਆਉਂਦੇ ਨੇ ਨਿੱਤ ਨਹਾਉਂਦੇ ਨੇ, ਨਿੱਤ ਆਪਣੇ ਲੀੜੇ ਚੇਂਜ ਕਰਦੇ ਨੇ। ਚੁੱਪ ਕਰ ਜਾ, ਮਗਜ ਮਾਰੀਆਂ ਨੇ ਨਹਾਉਂਦੇ ਨੇ ਚੇਂਜ। ਅਸੀਂ ਪੰਜਾਬੀ ਬੰਦੇ ਕਿਤੇ ਘੱਟ ਨਹਾਉਂਦੇ, ਘੱਟ ਕੱਪੜੇ ਚੇਂਜ ਕਰਦੇ। ਉਹ ਤਾਂ ਠੀਕ ਆ। ਫਿਰ ਮੈਨੂੰ ਚੜ ਗਿਆ ਗੁੱਸਾ, ਮੈਂ ਕਿਹਾ ਮੈਂ ਦਿਖਾਉਣਾ ਗੋਰੇ ਨੂੰ ਜੰਪ। ਮੈਂ ਕੀ ਕੀਤਾ? ਫਿਰ ਮੈਂ ਮਾਰਿਆ ਦੁਕਾਨਦਾਰ ਨੂੰ ਹੱਥ ਕੀ। ਮੈਂ ਕਿਹਾ ਥੋੜਾ ਜਿਹਾ ਪਲੀਜ਼ ਗਿਵ ਮੀ 1200 ਰੁਪਏ। ਮਾਰ ਕਰੇ 12 ਕੱਛੇ। ਗੋਰਾ ਮੇਰੇ ਵੱਲ ਸਿੱਧਾ ਹੀ ਝਾਕਣ ਲੱਗ ਗਿਆ। ਗੋਰਾ ਤੈ ਬੀਤ ਜਾ। ਗੋਰਾ ਮੈਨੂੰ ਪੁੱਛੀ ਵੀ ਕੀ ਇਹ ਕਹਿੰਦਾ ਪੰਜਾਬੀ ਜੀ, ਇਹ ਤੁਸੀਂ 12 ਕੱਛੇ ਕੀ ਕਰਨੇ? ਇਹ ਕਹਿ ਕੀ ਰਿਹਾ? ਮੈਂ ਕਿਹਾ 1 for January, 2 for February। ਸੰਤੀਏ, ਮੈਂ ਨਾ ਝੱਗਾ ਪਜਾਮਾ 10-15 ਵਾਰੀ ਧੋਤਾ, ਥੋੜੀ ਅੰਡਰਗਾਰਮੈਂਟ ਅੱਗੇ ਖੁਸ਼ ਦਾ ਬਾਪੂ ਜੱਫੀ ਪਾ ਕੇ ਮਿਲ, ਅੱਜ ਦੂਰੋਂ ਹੀ ਸੱਸ ਹੀ ਦਾਜੀ ਬੁਲਾਤੀ। ਮੈਂ ਤੇਰੇ ਨੇੜੇ ਕਿਵੇਂ ਲੱਗ ਰਿਹਾ ਇੰਨਾ ਮੁਸਕਾ ਦਾ? ਲੈ ਸੁਣ ਲਾ, ਅੱਜ ਤੋਂ 3 ਮਹੀਨੇ ਪਹਿਲਾਂ ਦੀ ਗੱਲ ਆ ਸਰ। ਕੀ? ਮੈਂ ਕਿਤੇ ਹਵੇਲੀ ਵਾਲਾ ਦੇ ਘਰੇ ਚਲੇ। ਹਾਏ ਹਾਏ, ਹਵੇਲੀ ਵਾਲਾ ਦੇ ਘਰੇ ਚਲਾ ਗਿਆ? ਉੱਥੇ ਐਡੇ ਐਡੇ ਸ਼ੇਰਾਂ ਵਰਗੇ ਕੁੱਤੇ ਡਰਦਾ, ਕੋਈ ਬੰਦਾ ਉਹਦੀ ਗਲੀ ਚ ਨਹੀਂ ਵੜਦਾ, ਤੂੰ ਘਰੇ ਚਲ ਗਿਆ ਮਰਦਾ ਸੀ ਕੁੱਤਿਆਂ? ਪੱਕੀ ਗੱਲ ਆ ਸੰਤੀ, ਕੱਟਿਆ ਜਿਹੜੇ ਜਿਹੜੇ ਕੁੱਤੇ, ਕਿਸੇ ਦੀ ਪੂਛ ਭੱਜੀ, ਕਿਸੇ ਦਾ ਕੰਨ ਭੱਜਿਆ, ਕੋਈ ਲੰਡੋ ਤੇ ਫੰਡੋ ਤੇ ਪਾਣੀ ਵਾਲੇ ਕੋਈ